अस्सलामु अलैकुम। वालेकुम सलाम। मलिक आरिफ, की हाल है? ठीक ठाक। ठीक है आरिफ, कल एक रात कमेंट आए थे कुरे सैमी हाजी असमत, हाजी असमत दा, हाजी असमत की याद है? डीजल ज्यादा खांदा, गड्डी डीजल ज्यादा खांदा, ज्यादा खांदी है उदी हुन वजह असा दसनी है। ते दोस्तों कमेंट की ता करो, थारे कमेंट दा रीप्ले तो को वीडियो दे इंशाल्लाह जरिए दिसाएं तो को समझ आसी पूरी पब्लिक नु आसी। हां जी, ਇੱਕ ਬੰਦੇ ਕੋ ਜਵਾਬ ਨਹੀਂ ਨਿਆ, ਮਜ਼ਾ ਨਹੀਂ ਆਉਂਦਾ। ਕਮੈਂਟ ਕਿਦਾਂ ਕਰੋ, ਤੁਹਾਡੇ ਹਰ ਕਮੈਂਟ ਆਉਣ ਵਾਲੇ ਦੇ ਬੈਠ। ਆਰਿਫ, ਇਹ ਹੁਣ ਪਈ ਵੀ ਫੀਐਟ ਦੀ ਟੈਪਟ ਬੈਸਰੀ, ਠੀਕ ਹੈ। ਇਹ ਪਈ ਵੀ ਰੂਸੀ ਦੀ ਟੈਪਟ ਬੈਸਰੀ, ਠੀਕ ਹੈ। ਇਹ ਪਏ ਨਹੀਂ ਦੇ ਪੀਸ, ਹੁਣ ਇਹ ਕੱਪੜਾ ਚੈਸੇ। ਅੱਛਾ, ਲੋਕ ਆਖਦੇ ਨੇ ਕਿ ਜਨਾਬ ਨਾ ਅਸਾਂ ਇੰਜਣ ਵੀ ਕਰਵਾਏ, ਪੰਪ ਵੀ ਕਰਵਾਏ, ਸਾਰੇ ਹੱਲ ਕੀਤੇ ਨੇ। ਹੱਲ ਕਰਨ ਦੇ ਬਾਅਦ ਹੀ ਜਨਾ ਡੀਜ਼ਲ ਵਾਤੀ ਜ਼ਿਆਦਾ ਖਾਂ, ਜ਼ਿਆਦਾ ਖਾਂਦਾ ਪਏ। ਇਹ ਹੁਣ ਚੈੱਕ ਕਰੋ ਨਾ ਪੀਸ, ਪੀਸਾਂ ਦਾ ਹਾਲ ਜਿਸ ਟਾਈਮ ਪੀਸ ਨਵੇਂ ਗਿੰਦੇ ਵੇ, ਪੀਸਾਂ ਦੀ ਕੀ ਸੂਰਤ ਹਾਲ ਹੁੰਦੀ। ਇੱਥੇ ਹੁਣ ਅੱਗੇ ਅਲਮਾਰਾ ਰੱਖ, ਚੈੱਕ ਕਰ, ਠੀਕ ਹੈ। ਹੁਣ ਇਹ ਚੈੱਕ ਕਰ, ਡਿਠਾਈ ਕੋਈ ਐਸਾ ਪੀਸ ਨਾ ਜਿਹਦੇ ਵਿੱਚ ਦਾਗ ਨਾ ਹੋਵੇ, ਪਿੱਛੋਂ ਪੰਨੀਆਂ ਰੱਖੀਆਂ ਹੋਈਆਂ ਦੇਦਾ ਪਏ। ਬਿਲਕੁਲ, ਹਾਂਜੀ। ਇਹ ਜੇ ਜੁਗਾੜਾਂ ਦੇ ਨਾਲ ਨਾ ਕੰਪਨੀ ਤੁਹਾਨੂੰ ਪੰਨੀਆਂ ਛੰਨੀਆਂ ਰੱਖ ਕੇ ਨਹੀਂ ਦਿੰਦੀ। ਇਹ ਚੈੱਕ ਕਰੋ ਡਿਠਾਈ, ਬਿਲਕੁਲ। ਅੱਛਾ, ਹੁਣ ਹੋਰ ਚੈੱਕ ਕਰ, ਅਗਰ ਖੁੱਲ੍ਹੇ ਸਨ ਨਾ ਕੰਡਕਟ ਰਾਡ ਦੇ ਪੀਸ ਹੀ ਖੁੱਲ੍ਹੇ ਸਨ, ਉਹ ਦੇਖ ਸਨ ਵਾਕ ਸਨ, ਇਹ ਸਾਫ਼ ਪੈਨ ਮਿਹਨਾਂ ਦੇ ਨਹੀਂ ਖੋਲ੍ਹਣੇ, ਠੀਕ ਹੈ। ਹਿੱਕ ਸਾਈਡ ਕਰੈਂਕ ਦੀ ਜਿਹੜੀ ਹੈ ਢਿੱਲੀ ਜ਼ਿਆਦਾ ਥੀਂਦੀ ਹੈ, ਹਿੱਕ ਸਾਈਡ ਕਮ ਢਿੱਲੀ ਥੀਂਦੀ ਹੈ, ਠੀਕ ਹੈ। ਫਰਾਈ ਵੀਲ ਵਾਲੀ, ਫਰਾਈ ਵੀਲ ਵਾਲੀ, ਹਾਂ। ਇਹ ਹੁਣ ਚੈੱਕ ਕਰਨਾ ਇਹਨਾਂ ਦਾ ਗੁਜ਼ਾਰਾ, ਇਹ ਕੀ ਸਾਲਿਨ ਕੰਡਕਟ ਰਾਡਾਂ, ਕੰਡਕਟ ਰਾਡਾਂ ਦੇ ਦੇਖ ਤਾਂ ਇਹਨਾਂ ਦਾ ਕੁਝ ਗੁਜ਼ਾਰਾ ਪਏ, ਲੇਕਿਨ ਮਿਹਨਾਂ ਦੇ ਦੇਖਣਾ ਤਾਂ ਮਿਹਨਾਂ ਵਾਲੇ ਬਿਲਕੁਲ ਜਿਹੜੇ ਨਾ ਉਹ ਸਾਰੇ ਖਰਾਸ਼ ਕੀਤੇ ਪੈਣ। ਇਹ ਚੈੱਕ ਕਰ, ਇਹ ਹੁਣ ਚੱਲਣ ਵਾਲੇ ਵਿੱਚ ਦੇਖ ਕਿਤਨੀ ਕੁਟਾਈ ਥਈ ਪਈ ਹੈ, ਸਿਰਫ ਆਇਲ ਗੰਦੇ ਪਾਉਣ ਦੀ ਵਜ੍ਹਾ ਤੋਂ, ਆਇਲ ਬਹੁਤ ਜ਼ਿਆਦਾ ਵਕਤ ਤੱਕ ਚਲਾਉਣਾ, ਕਚਰੇ ਵਾਲਾ ਆਇਲ ਵਿੱਚ ਚੱਲਦਾ ਰਹਿਣਾ, ਤਾਂ ਇਹ ਪੋਜੀਸ਼ਨ ਬਣ ਜਾਂਦੀ ਹੈ। ਸਿਰਫ ਇਹ ਨਹੀਂ, ਮਜ਼ੀਦ ਤੁਹਾਨੂੰ ਹੋਰ ਵੀ ਚੈੱਕ ਕਰਵਾਉਣੇ। ਇਹ ਹੁਣ ਚੈੱਕ ਕਰ, ਇਹਦੇ ਵਿੱਚ ਜ਼ਰੀ ਲੱਗੀ ਪਈ, ਜ਼ਰੀ ਦੇਖਣਾ। ਹੁਣ ਜਿਹੜੇ ਜਵਾਨ ਆਦੇ ਨਾ ਕਿ ਪੰਪ 'ਤੇ ਇੰਜਣ ਕਰਵਾਏ ਅਤੇ ਵਾਧੀ ਡੀਜ਼ਲ ਜ਼ਿਆਦਾ ਖਾਂਦਾ, ਜ਼ਿਆਦਾ ਖਾਂਦਾ, ਹੁਣ ਇੱਦਾਂ ਹੀ ਕੋਈ ਇਹਦਾ ਇੰਜਣ ਕਮਜ਼ੋਰ ਨਾ ਹੀ ਉੱਕਾ ਖੜ ਵਜੇ ਚਲਦਾ ਪਿਆ, ਠੀਕ ਪੋਜੀਸ਼ਨ ਆਈ, ਉਹਦੀ ਮਕਸਦ ਇਹ ਠੀਕ ਪਰਫਾਰਮੈਂਸ ਦਿੰਦਾ ਪਿਆ ਆਈ, ਸਹੀ ਹੈ। ਲੇਕਿਨ ਸਾਊਂਡ ਕੜਕ ਓਵਰ ਰੇਸ ਥੀਵਣਾ ਕੁਝ ਹੀ ਨਾ ਹੀ ਦਿੰਦਾ ਪਿਆ, ਬਿਲਕੁਲ। ਗੱਡੀ ਦੀ ਰੇਸ ਦੇਵੇਂ ਆਈ, ਗੱਡੀ ਦੱਸਾਂ ਵੀ ਪਈ ਆਈ, ਬਈ ਇਹਦੇ ਵਿੱਚ ਪ੍ਰੋਬਲਮ ਕੀ ਆਉਂਦਾ ਪਈ। ਹੁਣ ਇਹ ਪਿਆ ਵੀ ਇਹਦੀ ਟੈਪਟ ਬੈਸਰੀ, ਠੀਕ ਹੈ। ਇਹ ਚੈੱਕ ਕਰ ਇਹਦੇ ਉੱਤੇ ਕੀ ਕਵਾ ਤਾਈ ਬਈ, ਕਿਤਨਾ ਫੀਸ ਲਗਾ ਪਿਆ ਦੇਦਾ, ਬਿਲਕੁਲ। ਕਚਰੇ ਨਿਕਲ ਕੇ ਇਵੇਂ ਜਿਵੇਂ ਇੱਕ ਬੈਰਿੰਗ ਤੁਰਦਾ ਅਤੇ ਸੱਟਾਂ ਨਹੀਂ ਪੈਂਦਾ, ਉਵੇਂ ਰੇਤ ਬਣਾ ਪਈ, ਠੀਕ ਹੈ। ਇਹ ਇਹ ਹੁਣ ਚੈੱਕ ਕਰ, ਇਸ ਜਾ 'ਤੇ ਕੈਂ ਪਹੁੰਚਣਾ, ਇੰਜਣ ਖੋਲ੍ਹ ਕੇ ਉੱਡੇ, ਸਫਾਈ ਸਫਾਈ ਥੋੜ੍ਹੀ ਬਹੁਤ ਕਰਕੇ ਉੱਤੇ ਫਿੱਟ ਕਰ ਦੇਵਣਾ, ਲੇਕਿਨ ਇਹ ਸੀਜ਼ ਮਾਰੀ ਪਈ, ਇਹ ਹਰ ਵਕਤ ਉਸਨੂੰ ਫਸੈਂਦਾ ਪਏ। ਜਿਹੜੀ ਜਿਹੜੀ ਚੀਜ਼ ਦੇ ਵਿੱਚ ਅਗਰ ਇਸ ਤਰ੍ਹਾਂ ਦਾ ਇੰਜਣ ਦੇ ਵਿੱਚ ਰੋਲ ਲੈਣਾ, ਉਹ ਕਦਾਂ ਵੀ ਇੰਜਣ ਡੀਜ਼ਲ ਨਹੀਂ ਛੁੜੀਦਾ, ਕੁਝ ਵੀ ਕਰ ਗਏ, ਕਿਉਂਕਿ ਕੰਪਨੀ ਜਿਸ ਟਾਈਮ ਦੇ ਸੀ ਨਾ ਉਹ ਸਾਫ਼ ਹੋ ਸੀ, ਕਲੀਅਰ, ਇਵੇਂ ਮੁਲਾਇਮ ਹੋ ਸੀ, ਮੁਲਾਇਮ ਹੋ ਸੀ, ਉੱਥੇ ਸਲਿਪਿੰਗ ਹੋ ਸੀ, ਸਲਿਪਿੰਗ ਦੇ ਵਿੱਚ ਡੀਜ਼ਲ ਬਚੇ ਸੀ। ਇੱਥੇ ਜਿਹੜੇ ਸੀਜ਼ ਮਰੇ ਸੀ ਤਾਂ ਜਾਮ ਕਰੇ ਸੀ, ਜਾਮ ਕਰੇ ਸੀ ਤਾਂ ਉਸ ਜਾਮ ਦੇ ਵਿੱਚ ਡੀਜ਼ਲ ਜ਼ਿਆਦਾ ਜ਼ਿਆਦਾ ਖਾਣਾ ਹੈ ਨਾ, ਇੰਜਣ ਦੇ ਵਿੱਚ ਜਿਹੜਾ ਜਾਮ ਹੈ ਨਾ ਉਹ ਬਹੁਤ ਉਸਨੂੰ ਇੰਜਣ ਨੂੰ ਰੋਕੀ ਖੜਾ ਹੈ, ਜਿਹੜਾ ਇੰਜਣ ਦੇ ਬਾਹਰ ਦਾ ਜਾਮ ਹੈ, ਇੰਜਣ ਪਟਣਾ ਹੈ, ਅੱਗੂ ਬਾਹ ਲਾ ਰਹੇ ਸੀ, ਸੜਵੇ ਸੀ, ਗਰਮ ਕਰੇ ਸੀ, ਉਹਨੂੰ ਮਕਸਦ ਇਹ ਮਿੰਟਾਂ ਸਕਿੰਟਾਂ ਹੀ ਖਤਮ ਕਰੇ ਸੀ। ਲੇਕਿਨ ਇੰਜਣ ਦਾ ਜਿਹੜਾ ਸਿਸਟਮ ਹੈ ਨਾ, ਦੁਖਾਂਦਾ ਮੁਖਾਂਦਾ ਰਾਹ ਸੀ, ਚੱਲਦਾ ਰਾਹ ਸੀ, ਰੁਕ ਸੀ ਨਹੀਂ, ਹੁਣ ਇੱਥੇ ਅੰਗਲ ਮਾਰ ਮਹਿਸੂਸ ਥੀਂਦੀ,
ਬਿਲਕੁਲ ਕਹਿੰਦੇ ਨਾ ਖੱਡੇ ਹਾਜੀ ਸਾਹਿਬ ਨੂੰ ਆਖ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਈਵੇਂ ਚੈੱਕ ਕਰਾ ਤਾਂ ਬਾਅਦ ਹੀ ਡੀਜ਼ਲ ਆਖੇ ਨਾ ਛੋੜੇ। ਬਿਲਕੁਲ ਠੀਕ ਹੈ, ਜਿਹੜੀ ਗੱਡੀ ਹੈ ਅੱਛਾ ਹੁਣ ਇੰਜਣ ਡੀਜ਼ਲ ਪੰਪ ਦੇ ਵਿੱਚ ਬੈਰਿੰਗ ਹੀ ਹੈ, ਗੇਮ ਹੀ ਹੈ, ਗਵਰਨਰ ਹੀ ਹੈ, ਠੀਕ ਹੈ, ਹਾਂ ਬਹੁਤ ਸਾਰਾ ਉਹਦੇ ਵਿੱਚ ਮਾਲ ਹੈ, ਉਹਦੇ ਵਿੱਚ ਹੀ ਚੈੱਕ ਇਵੇਂ ਥੀਂਦਾ ਜਿਵੇਂ ਗਈਆਂ ਆਮ ਰੂਟੀਨ ਹੀ ਥੀਂਦਾ। ਪੰਪ ਵਾਲੇ ਕੋਲ ਗਿਆ ਉਸ ਖੋਲ ਕੇ ਬੁਕਾ ਦਿੱਤਾ, ਸਮਾਨ ਗਿਣਾਇਆ, ਪਲੰਜਰ ਪਾਏ, ਫਿੱਟ ਕੀਤਾ ਜਿਹਨਾਂ ਫਾਊਂਡਰੀ ਮਸ਼ੀਨ ਦੇ ਵਿੱਚ ਲਾਇਆ, ਚੱਲ ਬਈ ਗਿਣਵਾਂ ਫਿੱਟ ਕਰਦੇ। ਇਹ ਕੁਝ ਪੰਪ ਥੀ ਆਵੈਂਦਾ ਲੇਕਿਨ ਡੀਜ਼ਲ ਨਹੀਂ ਛੁੜੀਂਦੇ। ਹੁਣ ਅਗਲਾ ਕੰਮ ਕੰਪਨੀ ਦਾ ਰੇਕ ਜਿਹੜਾ ਤੇਰਾ ਫੇਵਰੇਟ ਹੈ ਨਾ, ਉਹਨਾਂ ਦੇ ਚੈੱਕ ਕਰ, ਹੁਣ ਇਹ ਠੀ ਇਹਦੇ ਵਿੱਚ ਬੋਸ਼ੇ ਲੱਭਦੇ ਯਾਰ, ਕੀ ਜਿਹਾ ਪਾਗਲ ਇੰਜੀਨੀਅਰ ਆਈ ਸਾਡੇ ਸਾਹਮਣੇ ਕਰੇ, ਥੋੜ੍ਹੀ ਜਿਹੀ ਉਹਦੇ ਨਾਲ ਗੱਲ ਕਰੂੰ ਵੀ ਕੀ ਜਿਹਾ ਮਾਲ ਬਣਾ ਕੇ ਦਿੰਦਾ ਪਏ। ਇਹ ਚੀਜ਼ ਅੱਜ ਦੀ ਤਾਂ ਕਹਿ ਵਾਦੇ ਕੀਤੀ, ਇਹਦੇ ਵਿੱਚ ਬੋਸ਼ੀ ਨਹੀਂ ਪਾਇਆ, ਲੋਹੇ ਤੇ ਲੋਹਾ ਲੱਗਦਾ ਪਿਆ, ਜਾਮ ਮਰੇ ਸੀ। ਬਿਲਕੁਲ, ਕਦਾਂ ਦੀ ਇਹ ਮਾਡਲ ਕਿਹੜਾ ਹੈ? 2009 ਇਹ ਮਾਡਲ ਚੈੱਕ ਕਰ, 94 ਪੇ ਨਾ 94 ਦੀ ਚੈੱਕ ਕਰ, ਉਹਦੀ ਚੈੱਕ ਕਰ, ਇੱਥੇ ਹੱਥ ਮਾਰ, ਇਹਦੀ ਵਜ੍ਹਾ ਕੀ ਲੱਗਦੀ ਹੈ, ਇਹ ਕਿਉਂ ਕੰਮ ਖਾਦੀ ਪਈ, ਇਹਦੇ ਵਿੱਚ ਉਹਨਾਂ ਬੁਸ਼ ਪਾਏ, ਇਹ ਸਾਰੇ ਕੁਝ ਜਨਾਬ ਸਾਫ਼ ਥਿਓ, ਇਹਦੀ ਪੂਰੀ ਪੂਰੀ ਪਈ ਹੈ ਚੈੱਕ ਕਰ ਵਿੱਚ ਬੁਸ਼ੇ, ਪਿੱਤਲ ਦੇ ਡੂ ਬੁਸ਼ ਪਾਏ ਸੀ, ਕਿੱਡੂ ਠੋਕ ਹੈ, ਇਹ ਕਿੱਡੂ ਠੋਕ ਹੈ, ਦਰਮਿਆਨ ਦੇ ਵਿੱਚ ਖਲਾਅ ਰੱਖਿਆ, ਜਿਸ ਖਲਾਅ ਦੇ ਵਿੱਚੋਂ ਆਇਲ ਹੁਣ ਇਹ ਰਿਟ, ਇਹਦੇ ਵਿੱਚੋਂ ਆਇਲ ਉੱਤਿਆ ਸੀ, ਇਹ ਸਿਜਰੇ ਸੀ, ਇਹਦੇ ਵਿੱਚੋਂ ਇੱਕ ਸੁਰਾਖ ਇਵੇਂ ਬਾਹਰ ਕੱਢਦਾ ਪਏ, ਇਹ ਸੁਰਾਖ ਵੱਧ ਚੂੜੀ ਦੇ ਵਿੱਚ ਪਾਇਆ, ਵੱਧ ਚੂੜੀ 'ਚੋਂ ਬਾਹਰ ਕੱਢਿਆ, ਇਹ ਮਕਸਦ ਹੈ ਕਿ ਜਿਹੜਾ ਇੱਡੂ ਆਇਲ ਆਵੇ ਨਾ ਇਵੇਂ ਉਹ ਚੂੜੀਆਂ ਦੇ ਵਿੱਚ ਘੁੰਮ ਫਿਰ ਕੇ ਵੱਧ ਇੱਥੋਂ ਨਿਕਲੇ, ਇੱਥੋਂ ਨਿਕਲ ਸੀ ਤੱਲੇ ਸਟੇ ਸੀ ਇਸ ਰਾਡ ਦੀ ਸਿਰੀ 'ਤੇ ਪਹੁੰਚ, ਹੁਣ ਇਹਦੀ ਸਿਰੀ ਚੈੱਕ ਕਰ, ਇਹਦੀ ਸਿਰੀ ਚੈੱਕ ਕਰ, ਇਹ ਵਿੱਚ ਕੋਟਾ ਪਏ ਰਿਠਾਈ, ਇਸ ਵਿੱਚ ਆਇਲ ਕੰਮ ਗਏ, ਕਿਉਂ ਕੰਮ ਗਏ, ਉਸ ਇੱਥੋਂ ਉੱਤਾਂ ਕੱਢੇ ਨਾ, ਇੱਥੋਂ ਤੱਲੇ ਲਕੀਰ ਪਾ ਕੇ ਨਾ ਇੱਕ ਨਾਲਾ ਬਣਾ ਕੇ ਲੋੜ ਛੋੜਿਆ ਰਿਠਾਈ, ਇਹ ਹੁਣ ਆਇਲ ਚੂੜੀ 'ਚ ਵਏ ਸੀ ਨਹੀਂ ਵਹਿਣਾ, ਤੱਲਾਂ ਕਿਵੇਂ ਪੋਸੀ, ਸਿਰੇ 'ਤੇ ਆਣਿਆ ਤਾਂ ਤੱਲੇ ਢਾਵਿਆ ਨਾ, ਹੁਣ ਇੱਥੋਂ ਵਾਲਾ ਤਾਂ ਵਾਪਸ ਤੱਲੇ ਹੀ ਹੋ ਸਕਦਾ, ਇਸ ਪਾਸੇ ਹੀ ਵੱਲ ਸਕਦਾ, ਇਹਦੇ ਵਿੱਚ ਹੁਣ ਸੀਜ਼ ਚੈੱਕ ਕਰ, ਦੇਖ ਕਿਤਨਾ ਸੀਜ਼ ਬਣਾ ਪਏ, ਚੈੱਕ ਕਰਾ, ਦੇਖ ਹੁਣ ਇਤਨਾ ਇੱਕ ਸੀਜ਼ ਹੋਵੇ, ਉਹ ਡੀਜ਼ਲ ਛੁੜੇ ਸੀ ਨਹੀਂ ਛੋੜਨਾ, ਇੱਕ ਡੀਜ਼ਲ ਨਾ ਛੁੜੇ ਸੀ, ਦੂਜਾ ਇੰਜੀਨੀਅਰ ਕੋਈ ਸੋਚੇ ਵੀ ਖੁਦਾ ਦਾ ਬੰਦਾ ਇਹਦੇ ਵਿੱਚ ਬੁਸ਼ ਤਾਂ ਲਵਾ ਦੇ। ਬਿਲਕੁਲ, ਇਹ 12 ਸਾਲ ਚੱਲੀ ਹੈ, ਇਹ ਦੇਖ ਗਿਣ 27 ਸਾਲ ਚੱਲੀ ਪਈ ਹੈ, ਇਹਦੀ ਪੋਜੀਸ਼ਨ ਦੇਖ, ਉਸ ਬੁਸ਼ ਪਾਏ ਪਿੱਤਲ ਦਾ, ਬਿਲਕੁਲ, ਇਹ ਤਾਂ ਕੋਈ ਪਾਗਲ ਬੰਦਾ ਹੀ ਇਹ ਕੰਮ ਨਾ ਕਰੇ ਸੀ ਕਿ ਲੋਹੇ ਦੇ ਉੱਤੇ ਲੋਹਾ ਲਾ ਕੇ ਚਲੈਂਦਾ ਪਏ, ਲੋਹੇ ਅਤੇ ਪਿੱਤਲ ਦਾ ਜੋੜ ਹੈ, ਲੋਹੇ ਨਾਲ ਸਿਲਵਰ ਦਾ ਜੋੜ ਹੈ, ਠੀਕ ਹੈ ਨਾ, ਹੁਣ ਪੀਸ ਬਣਾਏ ਇਹ ਦੇਖ ਲੋਹੇ ਦਿਨ, ਲੇਕਿਨ ਇਹਦੇ ਉੱਤੇ ਜਿਹੜਾ ਇੱਕ ਲੋਹਾ ਇਹਦੇ ਵਿੱਚ ਪਾਇਆ ਸੀ ਨਾ, ਉਹ ਇੱਕ ਹੋਰ ਕਿਸਮ ਦਾ ਲੋਹਾ ਪਾਇਆ, ਇਹ ਆਮ ਲੋਹਾ ਨਹੀਂ, ਬਿਲਕੁਲ ਠੀਕ ਹੈ, ਲੇਕਿਨ ਇਹ ਲੋਹਾ ਇਹ ਸ਼ੁਮਾਰ ਲੋਹੇ 'ਚ ਕੀਤਾ ਹੋਇਆ, ਸਿਲਵਰ 'ਚ ਨਹੀਂ ਕੀਤਾ ਹੋਇਆ, ਲੱਗਦਾ ਸਿਲਵਰ ਹੈ, ਲੇਕਿਨ ਇਹ ਲੋਹਾ, ਪਰ ਇਹਦੇ ਵਿੱਚ ਐਸਾ ਲੋਹਾ ਇੱਕ ਬਣਾਇਆ ਸੀ ਨਾ ਜ਼ਬਰਦਸਤ ਕੀਮਤੀ, ਜਿਹਦੇ ਉੱਤੇ ਸਲਿਪੇਂਗੇ, ਅਗਰ ਲੋਹੇ ਨਾਲ ਲੋਹਾ ਮਿਲਾਇਂਦਾ ਹੈ ਨਾ ਜਾਮ, ਲੇਕਿਨ ਉਸ ਕੋਲ ਲੋਹਾ ਹੋਰ ਅਜੀਬ ਕਿਸਮ ਦਾ ਬਣਾਏ, ਪੀਸ ਬਣਾ ਕੇ ਉਸ ਲਾਏ, ਇਹਦੇ ਵਿੱਚ ਲੱਗਣਾ ਸੀ ਪਿੱਤਲ ਦਾ ਬੁਸ਼, ਜਿਹੜਾ ਉਹ ਸਿਰੇ ਤੋਂ ਬੁਸ਼ ਦਾ ਕਨੈਕਸ਼ਨ ਹੀ ਨਹੀਂ ਰੱਖਾ, ਕਹੇ ਦੇ ਵਿੱਚ ਰਿਕਾਰਡ ਹੈ, ਕੋਈ ਆਖੇ ਵੀ ਬੁਸ਼ ਲੱਗਾ ਹੋਏ ਤਾਂ ਜਨਾਬ ਆਪਣੇ ਟਰੈਕਟਰ ਦਾ ਹੀ ਖੋਲ ਕੇ ਚੈੱਕ ਕਰ ਸਕਦੇ ਹਨ, ਦੇਖ ਇਹ ਇੰਜੀਨੀਅਰ ਦਾ ਕਮਾਲ ਇੱਥੇ ਆਈ ਕਿ ਇਹਦੇ ਵਿੱਚ ਬੁਸ਼ ਰੱਖ, ਅੱਛਾ ਹੁਣ ਸੁਰਾਖ ਦੇ ਉੱਤੇ ਸੁਰਾਖ ਮਿਲਾਇਆ ਸੀ ਨਾ, ਜ਼ਰੂਰੀ ਨਹੀਂ ਕਿ ਸੁਰਾਖ ਦੇ ਵਿੱਚ ਹੀ ਰੀਂਦਾ ਖੜਾ ਹੋਵੇ, ਉਸ ਕੀ ਕੀਤਾ ਵਿਚਾਲੇ ਖਲਾਅ ਰੱਖਿਆ, ਖਲਾਅ ਰੱਖ ਕੇ ਇੱਕ ਸੁਰਾਖ ਪਾਇਆ, ਉਸ ਖਲਾ ਦੇ ਵਿੱਚ ਗੁੰਮ ਕੇ ਸੁਰਾਖ ਬੰਦ ਨਾ ਥੀ ਗਈ, ਇਹ ਹੁਣ ਸੁਰਾਖ ਨਾਲ ਸੁਰਾਖ ਮਿਲ ਸੀ ਤਾਂ ਆਇਲ ਦੇ, ਤਾਂ ਆਇਲ ਹੋਏ ਸੀ, ਅਗਰ ਇਸੀ ਥੋੜ੍ਹੀ ਜਿਹੀ ਪਲੇ ਬਣ ਗਈ ਤਾਂ ਵੱਧ ਆਇਲ ਨਾ ਦੇ, ਕਿਉਂਕਿ ਸਾਈਡਾਂ 'ਤੇ ਨਿਕਲ ਪਏ ਸੀ, ਉਹ ਆਦੇ ਸਾਈਡਾਂ 'ਤੇ ਨਾ ਨਿਕਲੇ, ਉਸ ਇੱਕ ਖੱਡਾ ਬਣਾਇਆ, ਖੱਡਾ ਕਿੱਦਾਂ, ਇੱਕ ਬੁਸ਼ ਇੱਡੂ ਠੋਕਿਆ ਸੀ, ਕਿੱਡੂ ਠੋਕਿਆ
ਦਰਮਿਆਨ ਵਿੱਚ ਖਲਾ ਪਾ ਖਲਾ ਬਣ ਗਿਆ, ਉਸ ਖਲਾ ਦੇ ਵਿੱਚ ਆਇਲ ਫਿਰ ਕੇ ਉਹ ਸੁਰਾਖ ਵਿੱਚ ਬਹਿੰਦਾ। ਬਹੁਤ ਸਾਰੀਆਂ ਆਰਿਫ ਕਮੀਆਂ, ਜਿਹੜਾ ਤੁਹਾਡਾ ਫੇਵਰੇਟ ਬਣਾ ਹੋਏ ਨਾ ਉਸ ਫੇਵਰੇਟ ਦੇ ਵਿੱਚ, ਲੇਕਿਨ ਇੰਜੀਨੀਅਰ ਨੂੰ ਇਹ ਚੀਜ਼ਾਂ ਉਸ ਕਿਉਂ ਨਹੀਂ ਸੋਚੀਆਂ, ਲੋਹੇ ਤੇ ਲੋਹਾ ਕਿਉਂ ਨਿਸ, ਇਹ ਹੁਣ ਅੱਗੂ ਸਿਰੇ ਚੈੱਕ ਕਰ, ਠੀਕ ਹੈ ਹੁਣ ਟੇੜਾ ਬਣਾਇਆ ਸੀ, ਇਹਦੀ ਡੰਨੀ ਦੇਖਣਾ, ਡੰਨੀ ਇਹਦੇ ਪਾਈ ਸੁਣਾ, ਵਾਲ ਕਿੱਥੇ ਲੱਗੇ, ਸਾਈਡ ਤੇ, ਸਾਈਡ ਤੇ ਲੱਗੇ। ਹੁਣ ਮਸਲਾ ਕੀ ਆਏ, ਥੋੜ੍ਹਾ ਇਤਨਾ ਇਤੋਂ ਵਿਚੂ ਦੇਖਦੇ, ਬੈਸਰੀ ਤੂੰ ਦੇਖ, ਬੈਸਰੀ ਦੇ ਉੱਤੇ ਸਾਈਡਾਂ ਮਾਰੀਆਂ, ਇੱਕ ਸਾਈਡ ਜ਼ਿਆਦਾ ਖਾ ਦੀਏ, ਇੱਕ ਕੰਮ ਖਾ ਦੀਏ, ਜਿਹਨੂੰ ਵਾਲ ਇਹ ਹੁਣ ਰੂਫੀ ਦਾ ਚੈੱਕ ਕਰ, ਇਹਨਾਂ ਦਰਮਿਆਨ ਖਾਦਾ ਬੈਠਾ ਜੀ, ਬਿਲਕੁਲ ਸਭ ਦਾ ਦਰਮਿਆਨ ਖਾਦਾ ਹੋਇਆ, ਉਸਨੂੰ ਸੈਂਟਰ ਹੀ ਆਪਣਾ ਦਰਮਿਆਨ ਵਿੱਚ ਰੱਖਿਆ, ਮੈਂ ਇਹਦਾ ਸੈਂਟਰ ਦੇਖ ਕਹਿੰਦਾ ਹੀ ਨਹੀਂ, ਕਹਿੰਦੇ ਹਰ ਇਹ ਸਾਈਡ ਖਾ ਦੀ, ਇੱਕ ਸਾਈਡ ਇਹ ਚੈੱਕ ਕਰ, ਬੈਠਾ ਜੀ ਇਹ ਚੈੱਕ ਕਰ, ਮੁਕੰਮਲ ਇਹ ਚੈੱਕ ਕਰ, ਕੋਈ ਐਸੀ ਨਹੀਂ ਜਿਹਦੇ ਨਾਲ ਸੈਂਟਰ 'ਚ ਲੱਗਾ ਹੋਵੇ, ਵਾਲ ਇਤਨਾ ਛੋਟਾ ਰੱਖਿਆ, ਵਾਲ ਦੇ ਉੱਤੇ ਟੋਪੀ ਦਿੱਤੀ, ਉਹ ਵਾਲ ਇਹਦੇ ਉੱਤੇ ਟਕਰਾਂਦਾ ਹੈ ਨਾ, ਤੋ ਸੂਈ ਦੀ ਤਰ੍ਹਾਂ ਉਸਨੂੰ ਕੁੱਟ ਸਟੇ ਸੀ, ਉਸ ਵਾਲ ਦੇ ਉੱਤੇ ਟੋਪੀ ਦੇ ਕੇ ਨਾ, ਬਿਲਕੁਲ ਟੋਪੀ ਦੇ ਨਾਲ ਟਕਰਾਈ ਸੀ, ਠੀਕ ਹੈ, ਅਤੇ ਉਹ ਵਾਲ ਮੋਟਾ ਕਰ ਦੇਵੇ ਆ, ਠੀਕ ਹੈ, ਉਹ ਸਾਰਾ ਕੁਝ ਨਿਜ਼ਾਮ ਹੋ ਸਕਦਾ ਹੈ, ਲੇਕਿਨ ਇਹ ਚੀਜ਼ ਹੁਣ ਇਹ ਤਾਂ ਇਵੇਂ 23 ਲੱਖ ਰੁਪਏ ਦਾ ਟਰੈਕਟਰ ਹੈ, ਜਿਹਦੇ ਵਿੱਚ ਬੁਸ਼ ਕੋ ਨਹੀਂ, ਲੋਹੇ ਅਤੇ ਲੋਹਾ ਲੱਗ ਕੇ ਚੱਲਦਾ, ਬਿਲਕੁਲ ਟੈਪਟ ਬੈਸਰੀ 12 ਸਾਲਾਂ ਦੇ ਬਾਅਦ ਚੇਂਜ ਥੀਂਦੀ ਪਈ, ਕੁਝ ਟਰੈਕਟਰ ਹੋ ਸਨ ਜਿਹਨਾਂ ਦਾ ਆਇਲ ਪੰਪ ਕਮਜ਼ੋਰ ਰਹੇ, ਉਹ ਤਾਂ 5 ਸਾਲਾਂ ਹੀ ਕੱਪ ਸਟੇ ਸੀ, ਬਿਲਕੁਲ ਅੱਛਾ ਬੁਸ਼ ਹੁੰਦੇ, ਅੱਜ ਅਸੀਂ ਬੁਸ਼ ਲਵਾ ਦਿਉਂ ਆ, ਆਸਾਨ ਹੈ, ਰਾਡ ਚੇਂਜ ਕਰੂੰ ਆ, ਕੁਝ ਨਾਰਮਲ ਥੀ ਵਈਆਂ ਨਾ, ਅੱਜ ਪੂਰੀ ਟੈਪਟ ਬੈਸਰੀ ਨਾ ਨਹੀਂ ਕਹਿੰਦਾ ਪਈ, ਇਸ ਇੱਥੇ ਲਾਕ ਪਾਈਏ, ਉਸ ਉੱਥੇ ਨੱਟ ਪਾਏ, ਕਾਬਲਾ ਪਾਏ, ਚੰਗਾ ਚਲੋ ਸਾਰੀਆਂ ਗੱਲਾਂ ਕੁਝ ਛੋੜ ਕੇ, ਹਾਜੀ ਸਾਹਿਬ ਦਾ ਜਿਹੜਾ ਸਵਾਲ ਆਈ ਉਹ ਹੀ ਪੂਰਾ ਹੋ ਗਿਆ ਕਿ ਡੀਜ਼ਲ ਕਿਉਂ ਜ਼ਿਆਦਾ ਖਾਂਦਾ ਪਏ, ਸਹੀ ਹੈ ਇਹਨਾਂ ਚੀਜ਼ਾਂ ਨੂੰ ਚੈੱਕ ਕੀਤਾ ਕਰੋ, ਰੂਸੀਏ ਮੈਸੀਏ ਕ੍ਰੀਏਟ ਕੋਈ ਟਰੈਕਟਰ ਵੀ ਹੈ, ਇਸ ਟਾਈਮ ਇੰਜਣ ਖੋਲੋ, ਇਸ ਨੂੰ ਦਾਣਾ ਦਾਣਾ ਕਰ ਗਿਨੋ, ਕੋਈ ਫਿੱਟ ਕਰਨਾ ਕੋਈ ਮੁਸ਼ਕਿਲ ਨਹੀਂ, ਇਹ ਸਾਰੀ ਕੁਝ ਸਾਫ਼ ਕਰੋ, ਕਲੀਅਰ ਸਾਫ਼ ਕਰਕੇ ਸਪਰਿੰਗਾਂ ਨੂੰ ਸਾਫ਼ ਕਰੋ, ਇਹ ਜਨਾਬ ਸਾਰੀਆਂ ਚਿੜੀਆਂ ਮੀੜੀਆਂ ਹੁੰਦੇ, ਚਿੜੀਆਂ 'ਤੇ ਕਿਤਨਾ ਮਾਲ ਹੈ, ਇਹ ਕਿਹਦੇ ਵੈਸੀ ਗਰਮ ਆਇਲ ਦੇ ਨਾਲ ਤਲੇ ਵਾਲਾ ਵਿੱਚ ਹੀ ਬਹਿਣਾ, ਇੰਜਣ ਦੀ ਲਾਈਫ ਵਾਸਤੇ ਨੁਕਸਾਨ ਹੈ, ਦੋਹਤੀਆਂ ਪਈਆਂ, ਕਲੀਅਰ ਹੋਈਆਂ ਪਈਆਂ, ਲੇਕਿਨ ਇਹ ਜਿਹੜੀ ਉੱਤੇ ਭਾਅ ਪਏ ਨਾ ਕਾਰਬਨ ਹੈ, ਇਹ ਕਦਾ ਹੀ ਖਤਮ ਨਹੀਂ ਦੇਵਣੀ, ਜੇ ਤਾਂ ਇਹਦੇ ਉੱਤੇ ਬੁਰਸ਼ ਨਾ ਲੱਗ ਸੀ, ਤਾਰਾਂ ਵਾਲਾ ਬੁਰਸ਼, ਉਹ ਇਹਨੂੰ ਵਾਜ਼ੇ ਚਿੱਟਾ ਸਾਫ਼ ਕਰੇ ਸੀ, ਲੇਕਿਨ ਹੁਣ ਇਤਨੀ ਮਿਹਨਤ ਅਸੰਦ ਕਰੂਗਾ ਅਸੀਂ ਖੋਲੀ ਸੀ, ਪਰ ਇਹ ਪੋਜੀਸ਼ਨ ਹੋਵੇ ਤਾਂ ਇਹਦੀ ਫਿਟਿੰਗ ਦੀ ਜ਼ਰੂਰਤ ਨਹੀਂ, ਨਹੀਂ ਇਹ ਹੁਣ ਫਿੱਟੀ ਸੀ, ਯਾਰ ਕਿਤਨੇ ਆਰਿਫ ਨੁਕਸਾਨ ਦੇ ਪੈਣ, ਇਹ ਨੁਕਸ ਇੰਜੀਨੀਅਰ ਦੀ ਵਜ੍ਹਾ ਤੋਂ ਆਏ, ਜਿਹੜਾ ਆਦਨ ਕਿ ਇੰਜੀਨੀਅਰ ਪਾਕਿਸਤਾਨ ਦੇ ਇੰਜੀਨੀਅਰ ਬਹੁਤ ਕਾਬਿਲ ਹਨ, ਮੈਂ ਤਾਂ ਵੀ ਸਭ ਤੋਂ ਘਟੀਆ ਦਿਮਾਗ ਉਹਨਾਂ ਦਾ, ਕਿੱਥੇ ਇਤਨੀ ਤਾਲੀਮ ਕੀਤੀ ਹੈ ਜ਼ਾਲਿਮ, ਥੋੜ੍ਹਾ ਜਿਹਾ ਇੱਥੇ ਸੋਚ ਵੀ ਤੂੰ ਲੋਹੇ ਅਤੇ ਲੋਹਾ ਟਕਰਾਂਦਾ ਪਈ, ਹੈਂ ਟੈਪਟ ਬੈਸਰੀ ਉੱਤੇ ਤਲੇ ਆਇਲ ਸਾਰਾ ਖਿੰਡ ਵਹਿੰਦਾ, ਇਹਦਾ ਸਾਰਾ ਪੰਪ ਹੈ, ਬਲੰਸਰ ਨੂੰ ਆਇਲ ਹੀ ਉਹ ਦਿੰਦਾ ਪਏ, ਚੈਮਰ 'ਚ ਉਹ ਖਿੰਡਾਂਦਾ ਪਏ, ਬਲਾਕ 'ਚ ਉਹ ਦਿੰਦਾ ਪਏ, ਵਾਲਾ ਹੈੱਡ 'ਚ ਚਾੜ ਕੇ ਉਹ ਕਹਿੰਦਾ ਸੀ, ਠੀਕ ਹੈ ਕੰਮ ਆਇਲ ਦਿੰਦਾ ਪਏ ਨਾ, ਕੰਮ ਆਇਲ ਅਤੇ ਬੁਸ਼ ਤਾਂ ਪਿੱਤਲ ਦਾ ਲਾ ਦੇ, ਕਿਤਨੀਆਂ ਖਾਮੀਆਂ ਕੀਤੀਆਂ, ਮੰਨੇ ਸੀ, ਮੰਨ ਗਿਆ, ਅੱਛਾ ਮੰਨਿਆ ਹੀ, ਸਹੀ ਕਰਕੇ ਮੰਨਿਆ ਹੀ, ਜਦੋਂ ਪੂਰਾ ਨਹੀਂ ਵੱਤ ਜਾ ਕੇ ਬਈ, ਮਸਲਾ ਇਹ ਹੁਣ ਇਹ ਸ਼ਾਫਟ ਚੈੱਕ ਕਰ, ਆਰਮ ਸ਼ਾਫਟ ਇਹਦੇ ਦੋਹੇ ਹੀ ਸਿਰੇ ਡਿੰਗੇ, ਹੁਣ ਇਹਦਾ ਕੀ ਬਣ ਸੀ, ਚੈੱਕ ਕਰ, ਨਜ਼ਰ ਆਉਂਦੀ ਪਈ, ਆਉਂਦੀ ਪਈ, ਵਾਜ਼ੇ ਨਵੀਂ ਲੱਗਣੀ ਵੀ ਅੱਗੇ, ਇਹ ਹੁਣ ਇਹ ਜਗ੍ਹਾ ਦੇਖ, ਇਹ ਸਿਰਾ ਇੱਡੂ ਹੀ ਤਲੇ, ਇੱਡੂ ਹੀ ਤਲੇ, ਵਾਜ਼ੇ ਦੇਖ ਸਕਦੇ ਵੇ, ਚੇਂਜ ਨਹੀਂ ਕੀਤੀ ਅੱਲਾ ਜਾਣਦੇ, ਜਿਹੜੀ ਕੱਢੀ ਹੈ ਉਹ ਪਈ ਹੈ, ਮੈਂ ਤਾਂ ਆਖੋ ਕਈ ਚੇਂਜ ਕਰ ਗਈ ਦੀਸ, ਅੱਗੇ ਕਿਉਂ ਨਸ ਦਿਖਾਈ, ਲੇਕਿਨ ਸਾਰੇ ਕੋਲ ਮਾਲ ਖੁੱਲ੍ਹੇ ਹੋਏ ਪੈਰਾਂ ਦੇ, ਰੋਜ਼ਾਨਾ ਤੂੰ ਇਹਦੇ ਉੱਤੇ ਗੌਰ ਥੀਂਦਾ, ਤਵੱਜੋ ਥੀਂਦੀ ਹੈ,
ਏਡੂ ਆਉਂਦੇ ਹਾਂ, ਹਰ ਚੀਜ਼ ਵਾਜ਼ੇ ਪਈ ਹੁੰਦੀ, ਕਾਈ ਨਾ ਕਾਈ ਸ਼ੈ ਉਲਟੀ ਸਿੱਧੀ ਪਈ ਉਹ ਸੀ, ਉਹ ਦੱਸਾ ਰਹੇ ਸੀ ਕਿਵੇਂ ਟੇੜੀਆਂ ਜਾਂ ਸਿੱਧੀਆਂ। ਹੁਣ ਇਹਦਾ ਇਹ ਸਿਰਾ ਹੀ ਡਿੰਗਾ ਹੈ, ਇਹ ਸਿਰਾ ਹੀ ਡਿੰਗਾ ਹੈ। ਪਹਿਲੀ ਫਿਰੀ ਪਈ ਹੈ, ਦੇਖਣਾ ਪਹਿਲ ਮੁੜੀ ਪਈ, ਹੁਣ ਇਹ 23 ਲੱਖ ਰੁਪਏ। ਰੂਸੀ ਦੀ ਚਾਹ ਕੇ ਦਿਖਾਉਣ, ਇਸ ਤੋਂ ਮੋਟੀ ਉਹਦੀ ਜਿਹੜੀ ਝਰੀ ਹੈ ਉਹ ਇਸ ਤੋਂ ਮੋਟੀ, ਉਹਨੂੰ ਆਖ ਟੇੜਾ ਥੀ ਵਜੇ, ਲੇਕਿਨ ਇਹ ਤਾਂ ਟੇੜੀ ਥਈ ਪਈ ਆਵਾਜ਼, ਹੁਣ ਇਹ ਸਿੱਧੀ ਥੀ ਸੀ। ਗਰੀਨ ਨੂੰ ਤਾਂ 60 ਮਰੇ ਸੀ, ਇਹ ਚੂੜੀ ਵੈਸੀ, ਚੂੜੀ ਵੈਸੀ ਬਿਲਕੁਲ, ਇਸ 'ਤੇ 60 ਮਰੇ ਸੀ, ਦਰਮਿਆਨ ਇਹ ਚੂੜੀ ਵੈਸੀ, ਖਰਾਦਾਂ 'ਤੇ ਲਾ ਕੇ ਜਾਂ ਕਹਿ ਪ੍ਰੈਸਾਂ 'ਚ ਦੇ ਕੇ ਵੱਧ ਸਿੱਧੀ ਥੀ ਸੀ। ਹੋ ਸਕਦਾ ਕਿ ਤੂੰ ਦਾਗ ਕਰ ਗਈ ਤਾਂ ਵੱਧ ਰੁੱਖ ਹੋ ਸੀ, ਬਿਲਕੁਲ। ਚੈੱਕ ਕਰ ਕਿਤਨੇ ਨੁਕਸ ਹੈ, ਇਸੇ ਦੀ ਵਜ੍ਹਾ ਤੂੰ ਅਸੈਂਬਲੀ ਨਹੀਂ ਤਰੋੜਿਆ ਸੀ, ਉਹ ਕਿਉਂ ਤਰੋੜਿਆ ਕਿ ਇਵੇਂ ਹੈ ਨਾ ਟੇੜਾ ਹੈ, ਜਲੇ ਉਹਨਾਂ ਬੁਸ਼ ਲਾਏ, ਬੁਸ਼ ਆਈ ਟੇਟ ਉੱਤੇ ਤਲੇ ਕਰੀਨੇ ਨੂੰ, ਜਲੇ ਉਹ ਵਲਾਕਾ ਇਹਦੇ ਪਾਉਂਦਾ ਹੈ ਨਾ ਵੈਬਰੇਸ਼ਨ ਦੇ ਵਿੱਚ, ਉਸ ਨੱਕਾ ਤਰੋੜਦੇ ਬਣੇ। ਬੁਸ਼ ਸ਼ਾਫਟ ਨਵੀਂ ਲਾਓ ਤਾਂ ਬੁਸ਼ੀ ਨਵੇਂ ਲਾਓ, ਸ਼ਾਫਟ ਟੇੜੀ ਥੀ ਵਜੇ ਸ਼ਾਫਟ ਨਵੀਂ ਪਾਓ, ਉਹ ਪੁਰਾਣੀ ਨਾ ਪਾ ਲਿਓ। ਇਉਂ ਇਹ ਪੋਸੀ ਨਾ, ਅਸਾਂ ਪਾਵਣ ਵਾਸਤੇ ਪਾ ਰਹੇ ਸਾਂ, ਸਾਡੇ ਵਾਸਤੇ ਨਹੀਂ ਮਸਲਾ, ਲੇਕਿਨ ਵੱਧ ਲੀਕੇਜ ਹੀ ਕਰੇ ਸੀ, ਨੱਕਾ ਹੀ ਤਰੋੜ ਸਕਦੀ ਹੈ, ਬਹੁਤ ਸਾਰੀਆਂ ਖਾਮਤਾਂ ਕਰ ਸਕਦੀ ਹੈ। ਹੁਣ ਦੇਖ ਕੇ ਨਹੀਂ ਯਾਰ ਆ ਰਿਹਾ ਇਹਦੇ ਵਿੱਚ ਕੀ ਬਚ ਗਿਆ ਪਿੱਛਾ, ਜਿਹੜੀ ਸ਼ਾਇਦ ਕਹਿੰਦੇ ਆਉਂਦੇ ਹਾਂ ਤਾਂ ਕੋਈ ਵਾਧੇ ਬਣ ਆਸੀ, ਖਰਚਾ ਥੀ ਸੀ, ਬਣ ਵੈਸੀ ਠੀਕ ਹੈ, ਲੇਕਿਨ ਇਤਨੇ ਪ੍ਰੋਬਲਮ ਨਹੀਂ ਰੱਖਣੇ ਚਾਹੀਦੇ। ਕਹਿੰ ਦੇ ਵਿੱਚ ਬੁਸ਼ ਨੇ ਸਲਾਇਆ ਸਿਲਵਰ ਦਾ ਮਾਲ ਲਿੱਤਾ, ਚੈੱਕ ਕਰ ਹਾਂਜੀ, ਬਸ ਉਹਦਾ ਮਾਲ ਚੈੱਕ ਕਰ, ਇਹ ਫਰਕ ਹਾਂਜੀ। ਹੁਣ ਇਹ ਪਿਸਤੌਲ ਨਾਲ ਇਸ ਨੂੰ ਮਿਲਾ, ਕਿੱਥੇ ਪਾੜੇ ਹਨ, ਇਹ ਤੇਰਾ ਫੇਵਰੇਟ ਹੈ, ਖਾਣੇ 23 ਲੱਖ ਦੇ, ਠੀਕ ਹੈ। ਸਾਡਾ ਇਹ ਨਹੀਂ ਮਕਸਦ ਕਿ ਹਰ ਬੰਦਾ 44 ਲੱਖ ਜ਼ੀਰੋ ਰੂਸੀ ਗਿਣੇ, ਬਹੁ ਲੋਕ ਆਖਦੇ ਨੇ ਯਾਰ ਇਸ ਕੀਮਤਾਂ ਦਾ ਫਰਕ ਹੈ, ਜ਼ਾਲਮੋ ਕੀਮਤਾਂ ਦਾ ਫਰਕ, ਤੂੰ ਕੋਈ ਰੂਸੀ ਦਾ ਨਹੀਂ ਆਖਾ ਗਿਣੋ, ਕੁਝ ਇਸ ਭਾਅ ਲੱਗੇ ਨਹੀਂ ਬਣਵਾਓ ਨਾ, ਉਹਨੂੰ ਆਖੋ ਯਾਰ ਇਹਦੇ ਵਿੱਚ ਕੁਛ ਪਾ, ਇਹਦੇ ਵਿੱਚ ਕੋਈ ਬੁਸ਼ ਲਾ, ਪੂਰੀ ਗੱਡੀ 'ਚ ਰੋਲੇ ਦਿੱਤੇ, ਪੂਰੀ ਗੱਡੀ ਦੇ ਵਿੱਚ ਮਸਲੇ ਨੇ, ਹਰ ਜਗ੍ਹਾ 'ਤੇ ਮਸਲੇ ਨੇ। ਜਿਹੜਾ ਗੈਰ ਮੁਸਲਿਮ ਹੈ, ਅੰਗਰੇਜ਼ ਹੈ, ਬਾਹਰ ਦੇ ਉਹ ਇੰਜੀਨੀਅਰ ਹੈ, ਉਹਦੀ ਕੋਈ ਸੋਚ ਹੋਰ ਹੈ, ਪਾਕਿਸਤਾਨ ਦੀ ਜਿਹੜੀ ਸੋਚ ਹੈ ਨਾ, ਪਾਕਿਸਤਾਨੀ ਇੰਜੀਨੀਅਰ ਜਾਂ ਪਾਕਿਸਤਾਨੀ ਲੋਕਾਂ ਦੀ, ਉਹ ਸਿਰਫ ਪੈਸਾ ਕਮਾਉਣਾ ਹੈ, ਪੈਸਾ ਬਣਾਉਣਾ ਹੈ, ਹੋਰ ਕੁਛ ਹੈ ਨਹੀਂ। ਇੱਥੇ ਬੁਸ਼ ਲਾਵਿਆ, ਥੋੜ੍ਹਾ ਖਰਚਾ ਥੀ ਵਿਆ, ਹੈਂ ਯਾਰ, ਉਹਨਾਂ ਦੇ ਸੁਰਾਖ, ਉਹਨਾਂ ਦੇ ਬੁਸ਼ ਲਾਉਣੇ, ਉਹਨਾਂ ਦਾ ਸੈਜ਼ ਕਰਨਾ, ਥੋੜ੍ਹਾ ਜਿਹਾ ਵਕਤ ਮਿਹਨਤ ਲੱਗਿਆ, ਪੈਸਾ ਹੀ ਲੱਗਿਆ, ਲੇਕਿਨ ਵੱਧ ਤੋਂ ਚਾਰਜਰ ਵਿੱਚ ਵਧਾ ਕੇ 1.5 ਲੱਖ ਰੁਪਇਆ ਹੋਰ ਇਸੇ ਬੁਸ਼ਾਂ ਦਾ ਹੀ ਵਧਾ ਦੇਣਾ। ਵੀਡੀਓ ਅੱਛੀ ਲੱਗੇ, ਵੀਡੀਓ ਨੂੰ ਲਾਈਕ ਕਰਨਾ, ਚੈਨਲ 'ਤੇ ਨਵੇਂ ਵੇ ਸਬਸਕ੍ਰਾਈਬ ਕਰਨਾ, ਅੱਲਾ ਹਾਫਿਜ਼।